Sigur că nu s-a avut de banii nici. Gumar din Patrisa din la apunam băcșeș cu tahura și a bărbat. Poate în al sângea că nu înceana. De coi gal, cel din al bine, nu știu că nu. अच्छा जी ने बख्शिश करके कोई ओला नहीं छड़िया सच बड़ी दिलेरी नाल कहण दा काम गुरु दा है साडे कोल तां इन्नी दिलेरी सुनन दी भी नहीं आ सकदी ਸੁਣਨ ਤੋਂ ਬਾਅਦ ਮੰਨਣ ਦੀ ਪ੍ਰੈਕਟੀਕਲੀ ਮੰਨਣ ਦੀ ਦਿਲੇਰੀ ਆ ਜਾਏ ਸਬਜੈਕਟ ਤੁਹਾਡੇ ਸਾਹਮਣੇ ਕਿਉਂ ਛੇੜਿਆ ਕਦੀ ਸੁਣਨ ਦੀ ਤੇ ਸੁਣਨ ਤੋਂ ਬਾਅਦ ਪ੍ਰੈਕਟੀਕਲੀ ਉਸਨੂੰ ਮੰਨਣ ਦੀ ਦਿਲੇਰੀ ਆ ਜਾ ਸਕਦੀ ਸਾਰੇ ਮਸਲੇ ਹੱਲ ਹੋ ਜਾਣ ਕੋਈ ਝਗੜਾ ਨਾ ਲੈ ਨਾ ਕਿਸੇ ਨਾਲ ਨਾ ਆਪਣੇ ਨਾਲ ਜਿਹਨੂੰ ਅਸੀਂ ਆਪਸੀ ਫੁੱਟ ਕਹਿੰਦੇ ਹਾਂ ਉਹ ਵੀ ਖਤਮ ਹੋ ਗਿਆ ਜਿਹੜੇ ਅਸੀਂ ਦੁਸ਼ਮਣ ਦੇ ਹਮਲੇ ਕਹਿੰਦੇ ਹਾਂ ਉਹਨਾਂ ਦਾ ਡਰ ਵੀ ਮਿਟ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਐਸਾ ਮਿਲ ਜਾਏ ਜਿਹਦੇ ਨਾਲ ਸਾਡੇ ਜੀਵਨ ਦੇ ਸਾਰੇ ਮਸਲੇ ਹੱਲ ਹੁੰਦੇ ਹੋਣ ਜੇ ਫਿਰ ਅਸੀਂ ਉਹਨਾਂ ਮਸਲਿਆਂ ਨੂੰ ਆਪਣੇ ਚਾਰ ਪੁੱਤੇ ਖੜਾ ਰੱਖੀਏ ਤਾਂ ਇਸਦਾ ਮਤਲਬ ਅਸੀਂ ਗੁਰੂ ਦੀ ਗੱਲ ਵੀ ਸੁਣਨ ਲਈ ਤਿਆਰ ਹਾਂ ਇੱਥੇ ਰੁਕਣਾ ਚਾਹੁੰਦਾ ਹੁਣ ਜ਼ਰਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਹ ਸ਼ਬਦ ਦੁਬਾਰਾ ਕਰ
ਪਛਾਣਦੇ ਅਸੀਂ ਦੋਹਾਂ ਨੂੰ ਨਹੀਂ। ਦੋਹਾਂ ਦੇ ਸੰਬੰਧ ਵਿੱਚ ਕੱਚਰਣਾ ਹੀ ਨਹੀਂ ਸਾਡੇ ਹਿੱਸੇ ਨੂੰ। ਨਾ ਅਸੀਂ ਰੱਬ ਨੂੰ ਪਛਾਣ ਰਹੇ ਹਾਂ, ਨਾ ਅਸੀਂ ਗੁਰੂ ਨੂੰ ਪਛਾਣ ਰਹੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਦਲੀਲ, ਇੱਕ ਐਗਜ਼ਾਮਪਲ ਦਿੱਤੀ, ਉਦਾਹਰਨ ਦਿੱਤੀ ਤੇ ਕਹਿੰਦੇ ਨੇ, ਜਨਮ ਅਸ਼ਟਮੀ ਲੋਕ ਮਨਾ ਰਹੇ ਸਨ। ਇੱਕ ਐਗਜ਼ਾਮਪਲ ਹੈ, ਉਹਦੇ ਐਗਜ਼ਾਮਪਲ ਦੇ ਪਿੱਛੇ ਜੋ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਤੇ ਕਹਿਣਾ ਚਾਹੁੰਦੇ ਨੇ ਉਹ ਤੁਹਾਡੇ ਅਸਾਂ ਜੀ ਕਰਨ। ਲੋਕ ਮੰਦਰਾਂ, ਠਾਕੁਰ ਦੁਆਰਿਆਂ, ਸ਼ਿਵ ਦੁਆਲਿਆਂ ਵਿੱਚ ਬੜਾ ਇਕੱਠ ਸੀ ਤੇ ਲੋਕ ਮਿਲ ਕੇ ਕ੍ਰਿਸ਼ਨ ਜਨਮ ਅਸ਼ਟਮੀ ਮਨਾ ਰਹੇ ਸਨ। ਮੈਂ ਪੁੱਛਿਆ, ਕਿਸ ਕ੍ਰਿਸ਼ਨ ਦੀ ਜਨਮ ਅਸ਼ਟਮੀ ਪੈ ਮਨਾਉਂਦੇ ਹੋ? ਸੋਚਿਓ ਜਵਾਬ ਰਿਹਾ, ਤੂੰ ਬੜਾ ਭੋਲਿਆ, ਤੈਨੂੰ ਪਤਾ ਹੀ ਨਹੀਂ ਕ੍ਰਿਸ਼ਨ ਕੌਣ ਹੋਇਆ, ਤੂੰ ਜਾਣਦਾ ਹੀ ਨਹੀਂ ਕ੍ਰਿਸ਼ਨ ਕੌਣ ਹੋਇਆ, ਕ੍ਰਿਸ਼ਨ ਭਗਵਾਨ। ਬਾਕੀ ਸਾਰੀਆਂ ਥਿਰਤਾਂ ਛੱਡਦਾ ਗਿਆ ਨਾ, ਮੈਂ ਇਸ ਨੂੰ ਵੀ ਜਨਮ ਨਹੀਂ ਲੈਣਾ, ਮੈਂ ਇਸ ਨੂੰ ਵੀ ਜਨਮ ਨਹੀਂ ਲੈਣਾ। ਉਹਨੇ ਜਨਮ ਲੈਣਾ ਸੀ, ਇਸ ਲਈ ਉਹਨੇ ਆਪਣੇ ਜਨਮ ਲਈ ਥਿਰਤਾਂ ਵਿੱਚੋਂ ਇੱਕ ਥਿਰਤ ਦੀ ਚੋਣ ਕੀਤੀ। ਕਹਿਣ ਲੱਗੇ, ਅਜੇ ਪ੍ਰਕਿਰਤੀ ਪੈਦਾ ਹੀ ਨਹੀਂ ਸੀ ਹੋਈ।
ਕਿ ਰੱਬ ਨੇ ਤਾਂ ਪਹਿਲਾਂ ਜਨਮ ਲੈਣਾ, ਨੰਦ ਨੇ ਤਾਂ ਰੱਬ ਨੇ ਜਨਮ ਲੈਣਾ, ਭਗਵਾਨ ਨੇ ਜਨਮ ਲੈਣਾ। ਜੇ ਨੰਦ ਹੀ ਨਹੀਂ ਸੀ ਤੇ ਭਗਵਾਨ ਕਿੱਥੇ ਸੀ? ਭਗਵਾਨ ਵੀ ਨਹੀਂ ਸੀ ਨੰਦ ਦੇ ਘਰ ਜਨਮ ਲੈਣ ਤੋਂ ਪਹਿਲਾਂ, ਭਗਵਾਨ ਹੈ ਹੀ ਨਹੀਂ ਸੀ। ਭਗਵਾਨ ਦੇ ਉੱਤੇ ਬੈਨ ਲਾ ਦਿੱਤਾ, ਇਸ ਤੋਂ ਪਹਿਲਾਂ ਭਗਵਾਨ ਨੇ ਪੈਦਾ ਸੀ। ਪਰ ਕਹਿਣ ਲੱਗੇ ਜਦੋਂ ਕੁਝ ਵੀ ਨਹੀਂ ਸੀ ਰੱਬ ਤੇ ਉਦੋਂ ਵੀ ਸੀ। ਨੰਦ ਦੇ ਘਰ ਆਉਣ ਵਾਸਤੇ ਦੇਵਕੀ ਦੇ ਘਰ ਨਹੀਂ ਜੰਮਿਆ ਸੀ, ਮਾਂ ਬਾਪ ਕੋਲ ਨਹੀਂ, ਵਾਸੁਦੇਵ ਕਬੀਰ ਕਸੋਮੀ ਐਸੋ ਠਾਕਰ ਜਾਂ ਕੁਮਾਈ ਨਾ ਬਾਪ, ਉਹ ਸਾਰਿਆਂ ਦਾ ਮਾਂ ਬਾਪ ਹੈ, ਉਹਦਾ ਮਾਂ ਬਾਪ ਕੋਲ। ਕਬੀਰ ਜੀ ਦਾ ਫੈਸਲਾ ਬਹੁਤ ਸਭ ਫੈਸਲੇ ਨਾਲ ਜੁੜਨਾ ਚਾਹੀਦਾ। ਵਾਹਿਗੁਰੂ ਤੇਰਾ ਸਭ ਸਤਿਕਾਰ ਨਿਰੰਕਾਰ ਪ੍ਰਭ ਸਦਾ ਸਲਾਮਤ ਕਹੇ ਨਾ ਸਕੇ ਕੋਈ ਨੀ ਕਹਿ ਸਕਦਾ ਤੂੰ ਕਦੋਂ ਜਨਮ ਲਿਆ। ਪਿਤਾ ਦਾ ਜਨਮ ਕਿ ਜਾਣੇ ਭੂਤ, ਅਸੀਂ ਉਹਦੀ ਸੰਤਾਂ ਉਹਦੇ ਬਾਰੇ ਅਸੀਂ ਕਿਹਾ ਫਿਰ ਦਾ ਰਹੇ, ਉਹਦਾ ਜਨਮ ਕਦੋਂ ਹੋਇਆ, ਉਹਦਾ ਜਨਮ ਕਦੋਂ ਹੋਇਆ। ਤੈਨੂੰ ਪਤਾ ਹੋਵੇ ਜਨਮ ਮਰਨ ਤੇ ਰਹਿਤ ਨਰਾਇਣ। ਅਗਲੇ ਪਾਸੇ ਇੱਕ ਹੋਰ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ
पा देता हूँ तो नरूप भी निश्चित कर लिया, देह भी बना देती हूँ, उनकी तस्वीरें भी बना रही, उनके बुद्ध भी बना दे, उनकी मूर्तियां भी बना रही। तो जन्म ले, जन्म लेने वाली चीज दिसदी, पर एक ख्याल करें, जन्म रहन लेने वाली कभी हमेशा नहीं रहती, उम्र दी जो जन्मे तेस सर पर मरना ओ ब्रशी नहीं उसे। पर तू क्योंकि तू जन्म में पा दिता, इसलिए तू खाने लिए चीजा भी चाहिए, पंजीरी प्रसाद बनाया, हूं तेन पता सी सारिया के सामने, तो इसने खाना कौड़ी मूर्ति ने, इस बुत ने सारिया के सामने कोई खाना, तू अगे पड़दा कर लिया, मैं भोग लवाना, ठाकरा भोग लवा लिया पड़दा कर, साढ़े भी मां पुरश कई करते हैं, जिस वे भोग लवाण का वेला आंदा ना उस वे पड़दे कर देंगे, चोरी चोरी खाता रब, जेड़ा मेरा भगवान है ना वो सारे के सामने नहीं खाता, बड़ी ने दुकान पढ़ लो दस करके समझ, मेरा भगवान जेड़ा है वो लोगों के सामने नहीं खाता, चोरी चोरी खाता है, इसलिए पर्दा कर लिया, तो चोरी चोरी उसको खाल पंजीर पायो, चोर चोरी चोरी खुआया, लोगों ने समझ लिया ये भगवान भोजन कराया है, और नफस की वर्ते कह लगे हो भलिया वो जन्म ना मरे वे साकत ढोर, साकत कहने बेमुख, साकत पुरुष नास्तिक मन, रब नूं भुलिया होया मन, ते ढोर कहने पशु, कहने लगे ओ पशु जीवन वाले ओ रब तू भुले होए मनुख, तेन पता होना चाहिए रब ना जमया ना मरिया, लो ए पैसा मेरा नहीं गुरु अर्जुन पक्ष, जोत हुआ जो कुछ साय सेकाया ताया ने बीच आया है।
ਬੈਠਾ ਹੈ, ਬੈਠਣ ਵਾਲਾ ਕਾਇਆ ਨਹੀਂ ਹੁੰਦਾ। ਕਾਇਆ ਅਸੀਂ ਤੁਸੀਂ ਸਾਰੇ ਇਸ ਘਰ ਵਿੱਚ ਬੈਠੇ ਹਾਂ, ਅਸੀਂ ਘਰ ਨਹੀਂ। ਤੁਮ ਮੈਂ ਜੋਤ ਰੱਖੀ, ਸਰੀਰ ਵਿੱਚ ਜੋਤ ਰੱਖੀ ਜਾਂਦੀ, ਜੋਤ ਸਰੀਰ ਨਹੀਂ ਹੁੰਦੀ। ਤੇ ਸਾਡਾ ਗੁਰੂ ਜੋਤ ਹੈ, ਜੋਤ ਜੁਗਤ ਸਾਹਿਬ ਸਾਡਾ ਗੁਰੂ ਜੋਤ ਹੈ, ਅਸੀਂ ਉਸਨੂੰ ਘਰ ਰੱਖੀ ਜਾਂਦੇ। ਜਦੋਂ ਘਰ ਮੰਨਾਂਗੇ ਦੇ ਮੰਨਾਂਗੇ। ਗੁਰੂ ਨੇ ਬਾਣੀ ਅੰਦਰ ਬਾਰ ਬਾਰ ਦ੍ਰਿੜ ਕਰਾਇਆ ਸਾਨੂੰ ਕਿ ਰੱਬ ਵੀ ਦੇਹ ਨਹੀਂ, ਗੁਰੂ ਵੀ ਦੇਹ ਨਹੀਂ। ਪਰ ਅੱਜ ਤੱਕ ਅਸੀਂ 500 ਵਰ੍ਹੇ ਵਿੱਚ ਗੁਰੂ ਦੀ ਇੰਨੀ ਗੱਲ ਨਾ ਸਮਝ ਸਕੇ। ਕਈ ਜਾਣੇ ਹਾਂ ਕਿ ਅਸੀਂ ਦੇਹ ਦੇ ਪੁਜਾਰੀ ਨਹੀਂ, ਸਾਡਾ ਗੁਰੂ ਦੇਹ ਨਹੀਂ। ਪਰ ਪ੍ਰੈਕਟੀਕਲੀ ਬਿਲਕੁਲ ਨਹੀਂ ਮੰਨਿਆ। ਪਤਾ ਨਹੀਂ ਦੁਸ਼ਮਣ ਨੂੰ ਵੀ ਇੱਕ ਹਥਿਆਰ ਮਿਲਿਆ ਹੋਇਆ ਹੈ। ਤੁਹਾਡੇ ਗੱਲ ਸਾਂਝੀ ਕਰਨਾ ਚਾਹੁੰਦਾ, ਸੋਚਦੇ ਜਿਸ ਜਿਹਨੇ ਸਾਡੇ ਗੁਰੂ ਵਰਗੇ ਕੱਪੜੇ ਪਾ ਲੋ ਕਰ ਸਕਣਾ, ਗੁਣਾਂ ਦੀ ਨਕਲ ਹੀ ਨਹੀਂ ਸਕਦਾ। ਲੋ ਅੱਜ
ਬਸ ਤੁਮ ਨਾ ਸਾਡੇ ਸਾਰੇ ਮਸਲੇ ਹੱਲ ਹੁੰਦੇ ਜੇ ਰੱਬ ਦੇ ਜਨਮ ਮਰਨ ਦੀ ਜੇ ਗੁਰੂ ਦੇ ਜਨਮ ਮਰਨ ਦੀ ਗੱਲ ਖਤਮ ਹੋ ਜਾਏ ਆ ਹੇਮਕੁੰਟ ਸਾਡੇ ਕੋਲ ਰਹਿ ਲੈਣ ਤੂੰ ਤੇ ਨਾ ਰੱਬ ਨੂੰ ਸਮਝ ਰਿਹਾ ਨਾ ਗੁਰੂ ਨੂੰ ਸਮਝ ਰਿਹਾ ਜੇ ਤੇਰਾ ਗੁਰੂ ਦੇ ਨਹੀਂ ਤਾਂ ਆਖ ਕਿਸੇ ਦੁਸ਼ਮਣ ਨੂੰ ਮੇਰੇ ਗੁਰੂ ਦੇ ਗੁਣਾਂ ਦੀ ਜਿਹੜਾ ਮੇਰਾ ਗੁਰੂ ਜੋਤ ਹੈ ਮੇਰੇ ਗੁਣ ਆ ਉਹਦੀ ਨਕਲ ਕਰ ਮੈਂ ਤੈਨੂੰ ਜੀ ਗਲਵਕੜੀ ਚ ਲਵਾਂਗਾ ਜੀਵਾਣਾ ਕਰਾਂ ਤੇ ਜਿੰਦੀ ਤੂੰ ਨਕਲ ਕਰ ਰਿਹਾ ਉਹ ਤਾਂ ਮੇਰਾ ਗੁਰੂ ਹੀ ਨਹੀਂ ਤਾਂ ਇਹ ਕਰਕੇ ਵੇਖ ਲੈ ਦੁਸ਼ਮਣ ਦਾ ਹਥਿਆਰ ਟੁੱਟ ਜਾਂਦਾ ਸਤਿਕਾਰ ਆਦਤ ਹੈ ਸੋ ਆ ਕਿਸ ਨੂੰ ਚੰਗਾ ਲੱਗੇ ਦੁਸ਼ਮਣ ਦੇ ਹੱਥ ਅਸੀਂ ਹਥਿਆਰ ਦਿੱਤਾ ਹੋਇਆ ਹੈ ਤਾਂ ਕਿ ਆਏ ਦਿਨ ਸਾਡੇ ਅੰਦਰ ਇੱਕ ਕਲਪਨਾ ਉਤੇਜਨਾ ਪੈਦਾ ਕਰਕੇ ਸਾਡੇ ਵਿੱਚ ਟਕਰਾਓ ਪੈਦਾ ਕਰ ਸਕਦੇ ਉਹ ਇਹ ਕਿ ਅਸੀਂ ਆਖੀ ਜਾਂਦੇ ਹਾਂ ਦੇਹਧਾਰੀ ਸਾਡਾ ਗੁਰੂ ਨਹੀਂ ਦੇਹ ਸਾਡਾ ਗੁਰੂ ਨਹੀਂ ਪਰ ਅਸੀਂ ਮੂਰਤੀ ਪੂਜਾ ਦੇਹ ਦੀ ਉਪਾਸ਼ਨਾ ਵੀ ਉਵੇਂ ਹੀ ਕਰੀ ਜਾਂਦੇ ਹਾਂ ਸਾਡੇ ਗੁਰੂ ਦੀ ਦੇਹ ਦੀ ਨਕਲ ਕੋਈ ਕਿਉਂ ਕਰੇ ਬੜੀ ਅਜੀਬ ਗੱਲ ਹੈ ਆ ਜਿੰਨੇ ਟਕਰਾਓ ਨੇ ਭਾਵੇਂ ਕਿਸੇ ਫਿਲਮਾਂ ਤੇ ਜਦੋਂ ਵੀ ਅਸੀਂ ਇਸ ਗੱਲ ਤੇ ਆਖ ਲਵਾਂਗੇ ਕਿ ਸਾਡਾ ਗੁਰੂ ਦੇਹ ਨਹੀਂ ਸਾਡੀ ਮੂਰਤੀ ਪੂਜਾ ਖਤਮ ਹੋ ਜਾਏ ਉਸ ਵਕਤ ਮੂਰਤੀ ਕਿੰਨੀ ਬਣਾਏਗਾ ਤੇ ਜੇ ਬਣਾਏਗਾ ਤੇ ਇਹ ਨਹੀਂ ਆਖ ਸਕੇਗਾ ਮੇਰਾ ਗੁਰੂ ਹੈ ਉਹਦੇ ਅੱਗੇ ਮੱਥੇ ਨਹੀਂ ਟੇਕ ਸਕੇਗਾ ਉਹਨੂੰ ਭੋਗ ਨਹੀਂ ਲਵਾ ਸਕੇਗਾ ਉਹਦੇ ਅੱਗੇ ਨਮਸਕਾਰਾਂ ਨਹੀਂ ਕਰ ਸਕੇਗਾ ਜੇ ਕਰਦਾ ਹੈ ਤਾਂ ਇਹਦਾ ਮਤਲਬ ਉਹ ਬਿਲਕੁਲ ਦੇਹ ਧਾਰੀ ਗੁਰੂ ਮੰਨਦਾ ਹੈ ਤੇ ਮੂਰਤੀ ਪੂਜਾ ਕਰਦਾ ਅਗਲੀ ਲਾਈਨ ਗੁਰੂ ਅਰਜਨ ਪਾਤਸ਼ਾਹ ਜੀ ਹੋਰ ਪੜ੍ਹ ਲੈਂਦਾ ਸਪਸ਼ਟ ਕਹਿੰਦੇ ਨੇ ਸ਼ਬਦ ਦੀ ਮੂਰਤ ਬਣ
ਬਣ ਸਕਦੀ ਹੈ, ਨਾ ਸ਼ਬਦ ਦੀ ਨਕਲ ਹੋ ਸਕਦੀ ਹੈ, ਨਾ ਮੇਰੇ ਰੱਬ ਦੀ ਜੋਤ ਦੀ ਨਕਲ ਹੋ ਸਕਦੀ ਹੈ। ਕਿਆ ਜਨਮ ਨਾ ਮਰੇ ਨਾ ਆਵੇ ਨਾ ਜਾ, ਲਓ ਐਨੀ ਗੱਲ ਵਿਸ਼ਵਾਸ ਵਿੱਚ ਲੈ ਲਓ। ਦੂਜਿਆਂ ਨਾਲ ਵੀ ਝਗੜੇ ਖਤਮ, ਦੁਸ਼ਮਣ ਦੇ ਹੱਥ ਹਥਿਆਰ ਹੀ ਨਹੀਂ ਰਹਿੰਦਾ ਕਿ ਤੁਹਾਡੇ ਵਿੱਚ ਉਤੇਜ ਨਾ ਪੈਦਾ ਕਰ ਸਕੇ। ਤੇ ਆਖੇ ਮੈਂ ਤੇਰੇ ਗੁਰੂ ਦੀ ਬੇਨਤੀ ਕਰਾਂ, ਘਰ ਵਿੱਚ ਨਹੀਂ ਕਰਾਂਗਾ। ਉਸੇ ਤਰ੍ਹਾਂ ਮੂਰਤਾਂ ਨੂੰ ਭੋਗ ਵੀ ਲਵਾਈ ਜਾਂਦੇ, ਉਸੇ ਤਰ੍ਹਾਂ ਦੇਹ ਦੀ ਮਾਨਤਾ ਵੀ ਕਰੀ ਜਾਂਦੇ। ਸ਼ਿਵਲਿੰਗ ਦੀ ਉਪਾਸ਼ਨਾ ਕਰ ਰਹੇ, ਕਿੱਥੇ ਨੇ ਗੁਰੂ ਗੋਬਿੰਦ ਸਿੰਘ? ਕੌਣ ਕਹਿੰਦਾ ਮੇਰਾ ਗੁਰੂ ਇਹ ਵੀ ਸੀ? ਇੱਕ ਇਹਨੀ ਗੱਲ ਨੂੰ ਵਿਸ਼ਵਾਸ ਵਿੱਚ ਲੈ ਆਉਣਾ ਕਿ ਮੇਰੇ ਗੁਰੂ ਦੀ ਕੋਈ ਦੇਹ ਨਹੀਂ ਜੋਤ ਰੂਪ ਹੈ, ਸ਼ਬਦ ਰੂਪ ਹੈ, ਮੇਰੇ ਰੱਬ ਦੀ ਕੋਈ ਦੇਹ ਨਹੀਂ ਜੋਤ ਰੂਪ ਹੈ, ਇਹ ਸਾਡੇ ਸਾਰੇ ਮਸਲੇ ਅਤੇ ਸਾਰੇ ਝਗੜੇ ਹੀ ਖਤਮ ਕਰਦਾ ਹੈ। ਸਾਡੇ ਆਪਸੀ ਵੀ ਹੋਣੇ, ਕਿਉਂਕਿ ਸਿੱਧੇ ਮੰਨ ਰਹੇ ਸਾਡੇ ਝਗੜੇ ਜਿਹੜੇ ਆਪਸੀ ਦੇ ਦੇ ਹੀ ਨੇ, ਕਿਹਦੇ ਝਗੜੇ ਨੇ? ਜਪਜੀ ਸਾਹਿਬ ਦਾ ਕੋਈ ਝਗੜਾ ਨਹੀਂ, ਸਾਰਾ ਕੁਝ ਅਸੀਂ ਦੇਹ ਤੇ ਲਿਆ ਕੇ ਖੜਾ ਕਰ ਰਹੇ, ਦੇਹ ਦੀ ਸ਼ਕਲ ਬਦਲਣੀ, ਅਸੀਂ ਆਪਣੇ ਆਪ ਨੂੰ ਵੱਡਾ ਛੋਟਾ ਸਮਝਦੇ ਨਾਮ ਧਾਰੀਏ। ਉਹ ਕਹਿੰਦੇ ਨੇ ਉਹਦੀ ਦਸਤਾਰ ਹੋਵੇ ਜਿਹਦੇ ਦੋਵਾਂ ਪਾਸੇ ਨੁਕਰ ਹੋਵੇ ਤਾਂ ਹੀ ਨਾਮ ਧਾਰੀਆ। ਦੁਮਾਲਾ ਸਜਾਉਣ ਵਾਲਾ ਆਖਦਾ ਮੇਰੇ ਵਰਗਾ ਦੁਮਾਲਾ ਇਹ ਮਹਾਨ ਸਿੱਖੀ ਦੀ ਨਿਸ਼ਾਨੀ ਹੈ। ਇਹ ਅਜੀਬ ਗੱਲ ਹੈ, ਸਾਰਾ ਕੁਝ ਦੇਹ ਤੇ ਖੜਾ ਕਰਦੇ। ਲੰਬੇ ਚੋਲੇ ਵਾਲੇ ਕਹਿੰਦੇ ਨੇ ਜਿਹੜਾ ਲੰਬਾ ਚੋਲਾ ਇੰਨਾ ਪਾਉਂਦਾ ਉਹ ਸਿੱਖ, ਜਿਹਨੇ ਪੈਂਟ ਪਾ ਲਈ ਸਿੱਖ ਨੇ। ਪੈਂਟ ਜਾਂ ਪਜਾਮਾ ਜਾਂ ਚੋਲਾ ਦੇਹ ਤੇ ਪੈਣਾ, ਜਿੱਦਣ ਦੀ ਦੇਹ ਹੀ ਨਹੀਂ ਉਹਨੇ ਪੈਂਟ ਕੀ ਪਾਉਣੀ ਹੈ, ਚੋਲਾ ਕੀ ਪਾਉਣਾ? ਉਹ ਭਲਿਆ ਵਿਸ਼ਵਾਸ ਦਾ ਗੁਰੂ ਤਾਂ ਤੈਨੂੰ ਇਹ ਪੜ੍ਹਾ ਰਿਹਾ, ਸਿੱਖੀ ਸਿੱਖਿਆ ਗੁਰ ਵਿਚਾਰ, ਤੂੰ ਸਿੱਖ ਹੈ ਗੁਰੂ ਦੀ ਵਿਚਾਰ ਵਿੱਚੋਂ ਜਨਮ ਲੈਣ ਵਾਲਾ, ਜਿੱਥੇ ਗੁਰੂ ਵਿਚਾਰ ਨੂੰ ਉੱਥੇ ਸਿੱਖ, ਭਾਵੇਂ ਜਿੰਨੇ ਮਰਜ਼ੀ ਚੋਲੇ ਬਦਲ ਦੁੱਖ ਰਹੇ। ਇਸ ਲਈ ਗੁਰੂ ਕਹਿੰਦਾ ਸਿੱਖ ਵੀ ਸਰੀਰ ਨਹੀਂ, ਸ਼ਬਦ ਗੁਰੂ ਸੁਰਤ ਤੋਂ ਚੱਲਾ। ਗੁਰੂ ਕਹਿੰਦਾ ਸਿੱਖ ਵੀ ਸਰੀਰ ਨਹੀਂ। ਸਰੀਰਕ ਵਸਤੂਆਂ ਜਿਹੜੀਆਂ ਗੁਰੂ ਨੇ ਸਾਡੇ ਨਾਲ ਜੋੜੀਆਂ ਨੇ ਨਾ, ਸਾਡੇ ਜੀਵਨ ਦੀਆਂ ਲੋੜਾਂ, ਜਿੰਨੀ ਦੇਰ ਅਸੀਂ ਜੀਵਦੇ ਹਾਂ ਉਹ ਜੀਵਨ ਦੀਆਂ ਲੋੜਾਂ ਪੂਰੀਆਂ ਕੀਤੀਆਂ, ਉਹਨੂੰ ਸਾਨੂੰ ਰੱਬ ਜਾਂ ਗੁਰੂ ਬਣਾ ਕੇ ਨਹੀਂ ਬਿਠਾਇਆ। ਪਿਛਲੇ ਦਿਨ ਕਹਿੰਦਾ ਸੀ ਜੀ ਕਿਹੜੀ ਅਜੀਬ ਗੱਲ ਹੈ, ਸਹਿਬ ਸਰੋਈ ਸਾਹਿਬ ਹੀ ਯਹੀ ਹਮਾਰੇ ਪੀਰ, ਅਸੀਂ ਕਹਿਣ ਲੱਗ ਪਏ ਕਿਰਪਾਨ ਨੂੰ ਗੁਰੂ ਮੰਨ ਲਿਆ, ਕਿਰਪਾਨ ਸਾਡੀ ਰੱਖੀ ਕਰਦੀ, ਜੀਵਨ ਨਾਲ ਸੰਬੰਧਿਤ ਜੀਵਨ ਦੀ ਲੋੜ, ਜੀਵਨ ਵਿੱਚ ਹੀ ਰਾਖੀ ਕਰਦੀ ਹੈ। ਇੱਕ ਮੁਰਦੇ ਦੇ ਸਿਰਹਾਣੇ ਰੱਖ ਦਿਓ ਕਿਰਪਾਨ, ਭਲਾ ਵੇਖੀਏ ਕਿ ਉਹਦੀ ਰਾਖੀ ਕਰਦੀ ਹੋਵੇ। ਤਾਂ ਜਿੱਥੇ ਨੂੰ ਪਛਾਣੋ, ਗੁਰੂ ਨੇ ਸਾਡੀਆਂ ਜ਼ਰੂਰਤਾਂ ਸਾਨੂੰ ਦਿੱਤੀਆਂ, ਉਹ ਜੀਵਨ ਦੇ ਨਾਲ ਜਿਹੜੀਆਂ ਸੰਬੰਧਿਤ ਹੈ। ਜਿੰਨੀ ਦੇਰ ਅਸੀਂ ਜਿਉਂਦੇ ਹਾਂ ਉੰਨੀ ਦੇਰ ਦੇਹ ਵਿੱਚ ਜਿਹੜੀਆਂ ਚੀਜ਼ਾਂ ਦੀ, ਵਸਤੂਆਂ ਦੀ ਜ਼ਰੂਰਤ ਹੈ, ਉਹ ਸਾਨੂੰ ਵਸਤੂਆਂ ਨਾਲ ਸੰਬੰਧਿਤ ਕਰ ਦਿੰਦੀ ਹੈ। ਲੇਕਿਨ ਆਖਿਆ ਵਿਸ਼ਵਾਸ ਕਰ, ਜੀਵਨ ਜਿਹੜਾ ਹੈ ਉਹ ਸ਼ਬਦ ਹੈ, ਜੀਵਨ ਗੁਰੂ ਸ਼ਬਦ ਹੈ, ਸਿੱਖ ਜਿਹੜਾ ਹੈ ਉਹ ਗੁਰੂ ਸ਼ਬਦ ਹੈ। ਦੇਹ ਆਏਗੀ ਚਲੀ ਜਾਏ, ਉਹ ਅਵਿਨਾਸ਼ੀ ਨਹੀਂ ਹੋ ਸਕਦੀ। ਉਹ ਜਿਹਨੂੰ ਅਸੀਂ ਗੁਰੂ ਆਖ ਰਹੇ ਹਾਂ ਉਹਦੀ ਦੇਹ ਵੀ ਆਈ ਤੇ ਚਲੀ ਗਈ,
उनको अविनाशी नहीं कह सकते। हाँ, जोत अविनाशी से सिख ही अविनाशी है, वो खत्म नहीं होनी। जिस दिन असि इस गल पर टिक गए कि साडा गुरु भी दे नहीं, साडा रब भी दे नहीं, सिख भी दे नहीं, उस दिन साडे आपसी झगड़े भी खत्म हो जाएंगे। क्योंकि किसी के मन में रहेगा ही नहीं कि यह फलाना सिख आ महान है, क्योंकि वह इस किस्म की लोक वाली पग बन गया, झगड़े खत्म हो जाएंगे। उस दिन साढ़े दूजे नाल भी झगड़े खत्म हो जाएंगे, किसी के हाथ हथियार नहीं रहेगा कि इन्होंने गुरु के देह की नकल या इन्होंने बनाए हुए इतिहास में तसव्वुर की हुई देह की नकल कर दे तो सब तो तुम आखो भलो साडा तो गुरु है ही नहीं, जिन्हों तू शिवलिंग के कोल बिठा लिया सी गुरु नहीं मन रहे, झगड़ा खत्म हो, उनका हथियार टुट गए। लेकिन असं क्योंकि देह गुरु मन गुरु अर्जुन पातशाह जी का यह फैसला ही नहीं बन रहे, गुरु कह रहे खालसे की बरसी भी मनाई जाए। क्यों? क्योंकि सतगुरु का जन्म है, गवन जिहड़ा सतगुरु के शब्द विचों जन्म लैंदा है, गुणा विचों जन्म लैंदा, वह बिल्कुल मरदा नहीं, उनकी मौत नहीं हो सकती, क्योंकि वो शरीर नहीं होता, वो शब्द होता है, वो गुण होता है। सतगुरु ने यह फैसला दे के समझाया कहने जन्म शब्द नहीं, जे अंदर गुरु नहीं बैठा तो वह सिख नहीं अखवा सकता। गुरु ने देह नूं ना सिख मन्या, देह नूं जे देह नूं सिख मन्नोगे फिर तो खालसे की बरसी आएगी, देह नूं सिख नहीं। हाँ, देह दीआं वस्तुआं जिहड़ियां ने वह जीवन काल के अंदर देह दे नाल हैं, कृपान साडे देह दी जीवन की रखिया लई है, जिवें मैं हमेशा की है मरण तो बाद कृपाण सराहने रख दौ पता की रखिया करती, मरण तो बाद दस्तार पाए किसी रूप में बन दौ पता की फर्क पैदा। ये सारा कुछ जो कुछ है ना ये जन्म नाल जीवन नाल संबंधित है, तो जन्म का जीवन जो है
ਮਨ ਵਿੱਚ ਬਦਲਦਾ ਹੈ। ਇਸ ਲਈ ਇਹਦੇ 'ਤੇ ਅਸੀਂ ਉਹ ਵਿਸ਼ਵਾਸ ਨਹੀਂ ਕਰ ਸਕਦੇ ਜੋ ਗੁਰੂ ਰੂਪ ਗੁਣਾਂ 'ਤੇ ਹੈ। ਜੇ ਅਸੀਂ ਗੁਰੂ ਰੂਪ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ ਅਤੇ ਗੁਰੂ ਦੇ ਕਹੇ ਹੋਏ ਉਸ ਬੱਚਨ ਨੂੰ ਇੱਕੋ ਗੱਲ ਨੂੰ ਹੀ ਮੰਨ ਲਈਏ ਨਾ ਵੀ ਸਾਡਾ ਗੁਰੂ ਦੇ ਨਹੀਂ, ਇਸ ਲਈ ਉਹਦੀ ਮੂਰਤ ਵੀ ਨਹੀਂ ਬਣ ਸਕਦੀ, ਉਹਦੀ ਨਕਲ ਵੀ ਨਹੀਂ ਹੋ ਸਕਦੀ। ਲੋ ਸਾਡਾ ਆਪਸੀ ਝਗੜਾ ਵੀ ਖਤਮ ਹੁੰਦਾ, ਸਾਡਾ ਦੁਸ਼ਮਣ ਦੇ ਹੱਥ ਦੀ ਤਲਵਾਰ ਵੀ ਟੁੱਟ ਜਾਂਦੀ, ਦੁਸ਼ਮਣ ਦਾ ਹਥਿਆਰ ਵੀ ਟੁੱਟ ਜਾਂਦਾ, ਭਵਿੱਖ ਦਾ ਸੁੱਖ ਪੈਦਾ ਹੋ ਜਾਂਦਾ। ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜੀ ਜੀ ਤੋਂ ਫਤਿਹ ਬੁਲਾਓ। ਮੈਂ ਕਸ ਕਰਾਂ ਸਿਰਫ ਇੱਥੇ ਬਸ ਨਹੀਂ, ਜਦੋਂ ਮੈਂ ਭਗਤਾਂ ਦੀ ਜ਼ਿੰਦਗੀ ਵੱਲ ਦੇਖਦਾ ਉੱਥੇ ਵੀ ਮਿਲਦਾ ਹੈ। ਉਹਨਾਂ ਨੇ ਵੀ ਅਖੀਰ ਨੂੰ ਇਸ ਗੱਲ ਨੂੰ ਸਮਝਿਆ। ਹੁਣ ਦੇਖੋ ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਜਿਹੜਾ ਅਸੀਂ ਆਮ ਪੜ੍ਹਨਾ, ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਕਿਹੜੀ ਅਜੀਬ ਗੱਲ ਹੈ, ਇੱਕ ਦੋਹਰੇ ਦੇਹੁਰੇ ਨੂੰ, ਇੱਕ ਦੀਵਾਰਾਂ ਬਣੀਆਂ ਹੋਈ ਦਿਸਣ ਵਾਲੀ ਚੀਜ਼ ਨੂੰ, ਇੱਕ ਇਮਾਰਤ ਨੂੰ ਦੇਹਰਾ ਮੰਨ ਕੇ ਉੱਥੇ ਆਇਆ ਜਿਹਦੀ ਕਹਾਣੀ ਲਿਖ ਦਿੱਤੀ। ਹਸਤ ਖੇਲ ਤੇਰੇ ਦੇਹ ਤੇਰਾ ਦੇਹੁਰਾ ਮੰਨੇ ਨਾ, ਪਰ ਜਦੋਂ ਗਿਆਨ ਦੀ ਅਵਸਥਾ ਵਿੱਚ ਪੁੱਜਿਆ ਆਪਣੀ ਜ਼ਬਾਨ ਤੋਂ ਇੱਕ ਫੈਸਲਾ ਦੇ ਦਿੱਤਾ ਉਹ ਵੀ ਗੁਰਬਾਣੀ ਵਿੱਚ। ਇਹ ਕਹਿਣ ਲੱਗਾ ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੋ ਦੇਹੁਰਾ ਨਾਮ ਸੀ ਜੀ। ਕਹਿਣ ਲੱਗੇ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਸਮਝਦਾ ਸਨ ਵੀ ਇਹ ਰੱਬ ਦਾ ਦੇਹੁਰ ਹੈ ਤਾਂ ਹਿੰਦੂ ਦਾ ਦੇਹੁਰ ਸੀ, ਮੈਂ ਸਮਝਦਾ ਸਾ ਰੱਬ ਦੀ ਮਸੀਤ ਹੈ ਤਾਂ ਮੁਸਲਮਾਨ ਦੀ ਮਸੀਤ ਸੀ। ਮੈਂ ਤੇ ਉਸ ਰੱਬ ਨਾਲ ਸੰਬੰਧ ਰੱਖਣਾ ਨਾ ਜਿਹੜਾ ਦੇਹਰੇ ਵਿੱਚ ਹੈ ਨਾ ਮਸੀਤ ਵਿੱਚ ਹੈ। ਆਪਣੀ ਜ਼ਬਾਨ ਤੋਂ ਕਹਿਣਗੇ ਅੱਲੋ ਇੱਕ ਮਸੀਤ ਵਸਦਾ, ਬਾਬਾ ਕਬੀਰ ਜੀ ਨੇ ਫੈਸਲਾ ਦਿੱਤਾ ਅੱਲੋ ਇੱਕ ਮਸੀਤ ਵਸਦਾ ਹੈ, ਅਵਰ ਮੂਲ ਕਿਸ ਕਿਹੜਾ ਜੀ। ਅੱਲਾ ਇੱਕ ਆਖੋ ਮਸੀਤ ਵਿੱਚ ਰਹਿੰਦਾ ਦੱਸ ਬਾਕੀ ਸੰਸਾਰ ਕਹਿੰਦਾ। ਹਿੰਦੂ ਮੂਰਤ ਨਾਮ ਨਿਵਾਸੀ ਕਹਿਣ ਲੱਗੇ ਦੋਵਾਂ ਮੈਂ ਤੱਤ ਨਾ ਹੈਗਾ, ਦੋਵਾਂ ਨੇ ਅਸਲੀਅਤ ਨਹੀਂ ਜਾਣੀ, ਸਾਰੇ ਕਚਰਾਇਣ 'ਤੇ ਖੜ੍ਹੇ ਨੇ। ਸਾਨੂੰ ਗੁਰੂ ਸਮਝਾਉਣ ਵਾਲਾ ਹੋਵੇ ਕਚਰਾਇਣ ਤੋਂ ਨਿਕਲ, ਨਾ ਤੇਰਾ ਰੱਬ ਦੇ ਹੈ ਨਾ ਤੇਰਾ ਗੁਰੂ ਦੇ ਹੈ ਨਾ ਤੂੰ ਦੇ, ਨਿਕਲਦੇ ਹੀ ਨਹੀਂ, ਜਾਣੇ ਅਣਜਾਣੇ ਉਸੇ ਵਿੱਚ ਫਸੇ ਹੋਏ ਹਾਂ। ਉਹਦਾ ਨਤੀਜਾ ਹੈ ਸਾਡਾ ਆਪਸੀ ਟਕਰਾਓ ਵੀ ਉਸ ਦੇਹ ਦੇ ਚੱਕਰ ਵਿੱਚ ਹੈ, ਇਹਦਾ ਰੂਪ ਕੀ ਬਣਾਉਣਾ ਹੈ, ਅਤੇ ਸਾਡਾ ਦੁਨੀਆਂ ਨਾਲ ਵੀ ਟਕਰਾਓ ਜਿਹੜਾ ਕੋਈ ਇਸੇ ਗੱਲ ਨੂੰ ਉਹਦੇ ਹੱਥ ਹਥਿਆਰ ਆ ਗਏ ਵੀ ਇਹ ਤਾਂ ਦੇਹ ਤੋਂ ਨਿਕਲੇ ਹੀ ਨਹੀਂ, ਇਹਨਾਂ ਦੀ ਦੇਹ ਸ਼ਕਲ ਇੰਟਰਨੈਟ 'ਤੇ ਬਣਾ ਕੇ ਭਾਵੇਂ ਖੜੀ ਕਰ ਦਿਓ, ਇਹਨਾਂ ਦੇ ਤੋਖਲਾ ਖੜਾ ਹੋ ਜਾਣਾ। ਅਤੇ ਜੇ ਅਸੀਂ ਇੱਕ ਫੈਸਲੇ ਦੇ ਦੇਈਏ ਸਾਡਾ ਗੁਰੂ ਦੇਹ ਹੈ ਹੀ ਨਹੀਂ, ਉਹਦੀ ਮੂਰਤ ਬਣਾਈ ਨਹੀਂ ਜਾ ਸਕਦੀ, ਆਪੇ ਹਥਿਆਰ ਟੁੱਟ ਗਿਆ ਦੁਸ਼ਮਣ ਦਾ, ਸਾਡਾ ਖਤਮ ਹੋ ਗਿਆ। ਇਹਨਾਂ ਸ਼ਬਦਾਂ ਨਾਲ ਮਾਤਾ ਜੀ ਦਾ ਫਿਰ ਪਤੀ ਬਰਤਾਓ। ਵਾਹਿਗੁਰੂ ਜੀ ਕਾ ਖਾਲਸਾ।